ਮਸਲਾ ਹਰਿੰਦਰ ਸਿੰਘ ਵਾਲਾ ਸੀਗਾ ਜਿਹੜੀ ਗੱਲ ਕਰਦੇ ਸੀ ਅਸੀਂ ਭਈ ਮੌਕਾ ਮਿਲਿਆ ਉਹਨਾਂ ਦਾ ਜ਼ੋਰ ਨਹੀਂ ਚੱਲਿਆ ਭਾਈ ਰਣਜੀਤ ਸਿੰਘ ਦੇ ਉੱਤੇ ਸਾਰਾ ਜ਼ੋਰ ਲਾ ਲਿਆ ਉਹਨਾਂ ਨੂੰ ਵੀ ਉਹ ਛਿਕਣਾ ਨਹੀਂ ਚਾਹੁੰਦੇ ਅਸਲ ਦੇ ਵਿੱਚ ਉਹ ਕਿਸੇ ਤਰ੍ਹਾਂ ਝੰਝੋੜਨਾ ਚਾਹੁੰਦੇ ਹਲੂਣਾ ਦੇਣਾ ਚਾਹੁੰਦੇ ਆ ਭਈ ਇੱਦਾਂ ਡਰ ਜਾਏ ਉਹ ਉਹ ਯੋਗੀਆਂ ਦੇ ਬਾਰੇ ਕਹਿੰਦੇ ਆ ਨਾ ਭਈ ਜਦੋਂ ਸਿੱਧਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਗਏ ਵਿਚਾਰ ਕਰਨ ਤਾਂ ਉਹ ਉਹਨਾਂ ਦੇ ਬਾਰੇ ਲਿਖਿਆ ਉਹ ਕਹਿੰਦੇ ਭਈ ਭਈ ਐਸਾ ਜੋਗੀ ਕਲੀਮਾ ਹੈ ਕਲ ਯੁੱਗ 'ਚ ਜੇ ਇੱਦਾਂ ਦਾ ਬੰਦਾ ਜੋਗੀ ਹੋਵੇ ਹਮਰਾ ਪੰਥ ਕਰੇ ਉਜਿਆਰਾ ਹੈ ਨਾ ਜਿੱਥੇ ਉਹ ਕਹਿੰਦੇ ਕਿਵ ਦਰਸ਼ਨੇ ਲੇਵੇ ਬਾਲਾ ਇਹ ਬਾਲਾ ਬਾਲਾ ਕਹਿੰਦੇ ਸੀ ਉਹਨਾਂ ਦੀ ਉਮਰ ਜ਼ਿਆਦਾ ਸੀ ਗੁਰੂ ਨਾਨਕ ਦੇਵ ਜੀ ਨੂੰ ਬੱਚਾ ਕਹਿੰਦੇ ਸੀ ਉਹ ਭਈ ਕਿਸੇ ਤਰ੍ਹਾਂ ਜਿਹੜੇ ਉਹ ਕਹਿੰਦੇ ਨਾ ਭਈ ਉਹਨੇ ਕਰਾਮਾਤਾਂ ਦਿਖਾਈਆਂ ਜੀ ਆਹ ਕੀਤਾ ਜੀ ਆਹ ਕੀਤਾ ਆਹ ਕੀਤਾ ਹੈ ਨਾ ਉਹ ਸਾਰੇ ਕੁਛ ਦੇ ਪਿੱਛੇ ਉਹ ਕਾਰਨ ਇਹ ਸੀ ਉਹ ਕਹਿੰਦੇ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਪੰਥ ਵਿੱਚ ਆ ਜਾਏ ਜੇ ਇਹ ਸਾਡੀ ਗੱਲ ਕਰਨ ਲੱਗ ਪੈ ਨਾ ਕਿਤੇ ਕਿਤੇ ਇਹ ਕਹਿਦਾ ਵੀ ਇਹ ਬਹੁਤ ਵਧੀਆ ਹੈ ਜੋਗੀ ਇਹ ਬੰਦੇ ਬਹੁਤ ਵਧੀਆ ਹੈ ਸਾਰੀ ਦੁਨੀਆਂ 'ਚ ਬੱਲੇ ਬੱਲੇ ਹੋਏ ਆ ਸਾਡੀ ਬਸ ਆਹੀ ਪ੍ਰੋਬਲਮ ਆ ਇਹਨਾਂ ਦੀ ਜਥੇਦਾਰਾਂ ਦੀ ਟਕਸਾਲਾਂ ਦੀ ਵੀ ਇਹ ਜਿਹੜਾ ਰਣਜੀਤ ਸਿੰਘ ਹੈ ਨਾ ਬਾਲਾ ਇਹ ਬੱਚਾ ਜਿਹੜਾ ਇਹ ਸਾਡੀ ਗੱਲ ਕਰਨ ਲੱਗ ਪਿਆ ਕਿਤੇ ਇਸੇ ਕਰਕੇ ਉਹ ਡਰਾਵੇ ਦੇਣ ਲੱਗੇ ਉਹ ਡਰਾਵੇ ਜਦੋਂ ਵਿਧਾਨ ਦੀਆਂ ਗੱਲਾਂ ਕਰਦੇ ਆ ਮਨੌਤਾਂ ਦੀਆਂ ਗੱਲਾਂ ਕਰਦੇ ਆ ਮਰਿਆਦਾਵਾਂ ਦੀਆਂ ਗੱਲਾਂ ਕਰਦੇ ਆ ਗੁਰੂ ਨਾਨਕ ਦੇਵ ਜੀ ਨੂੰ ਕਿਤੇ ਕਹੀਆਂ ਨਹੀਂ ਹੋਈਆਂ ਹੋਣਗੀਆਂ ਵੀ ਭਗਤ ਕਬੀਰ ਜੀ ਦੇ ਵੇਲੇ ਵੀ ਮਿਹਣੇ ਨਾ ਮਾਰੇ ਮਾਰੇ ਹੋਣਗੇ ਮਰਿਆਦਾ ਹੀ ਸੀ ਨਾ ਉਹਨਾਂ ਦੀ ਗੁਰੂ ਨਾਨਕ ਦੇਵ ਜੀ ਜਦੋਂ ਪੈਦਾ ਹੋਏ ਕਿਸ ਖੱਤਰੀ ਜਾਤ ਦੇ ਵਿੱਚ ਪੈਦਾ ਹੋਏ ਆ ਜਦੋਂ ਅਸੀਂ ਕਹਿੰਦੇ ਹਾਂ ਵੀ ਪੰਡਿਤ ਆਇਆ ਇੱਦਾਂ ਜਨੇਊ ਪਾਉਣ ਦੀ ਰਸਮ ਹੋਣ ਲੱਗੀ ਕਾਹਤੇ ਹੁਣ ਸਿੱਖਾਂ ਦੇ ਜਨੇਊ ਪੈਂਦਾ ਸੀ ਹਿੰਦੂਆਂ ਦੇ ਪੈਂਦਾ ਸੀ ਨਾ ਇਹਦਾ ਮਤਲਬ ਹਿੰਦੂ ਹੀ ਪਰਿਵਾਰ ਸੀ ਅਤੇ ਜਿਹੜੇ ਉੱਥੋਂ ਉਹਨਾਂ ਦੇ ਟਕਸਾਲੀ ਹੋਣਗੇ ਉਸ ਵੇਲੇ ਉਹ ਆਹੀ ਗੱਲਾਂ ਕਹਿੰਦੇ ਹੋਣਗੇ ਉਹਨਾਂ ਦਾ ਜਥੇਦਾਰ ਹੋਊਗਾ ਐਗਜੈਕਟਲੀ ਇੱਦਾਂ ਜਿੱਦਾਂ ਹੀ ਕਹਿੰਦੇ ਆ ਉਹੀ ਮਿਹਣੇ ਦਿੰਦੇ ਹੋਣਗੇ ਬਸ ਉਹਨਾਂ ਦਾ ਜ਼ੋਰ ਨਹੀਂ ਚੱਲਿਆ ਅਤੇ ਹੁਣ ਉਹਨਾਂ ਨੂੰ ਲੱਗਾ ਵੀ ਚਲੋ ਜੇ ਹਰਿੰਦਰ 'ਤੇ ਜ਼ੋਰ ਚਲਾ ਲਈਏ ਨਾ ਅਸੀਂ ਉਹਨੇ ਮੌਕਾ ਦੇਖ ਲਿਆ ਸੰਸਥਾ ਖੋਲ੍ਹੀ ਸੀ ਹਰਿੰਦਰ ਸਿੰਘ ਹੋਣਾਂ ਨੇ ਉਹਦੇ ਉੱਤੇ ਖਰਚਾ ਵੀ ਉਹਨਾਂ ਦਾ ਹੋ ਗਿਆ ਠੀਕ ਹੈ ਅਤੇ ਖਰਚਾ ਮੰਥਲੀ ਜ਼ਿਆਦਾ ਹੀ ਸੀ ਖਰਚਾ ਉਹਦਾ 10-12 ਹਜ਼ਾਰ ਪੌਂਡ ਮਹੀਨੇ ਦਾ ਖਰਚਾ ਸੀ ਜਿਹਦੇ ਕਰਕੇ ਉਹ ਮਾਨਸਿਕ ਦਬਾਅ ਪਾਉਣਾ ਚਾਹੁੰਦੇ ਸੀ ਉਹਨਾਂ ਨੂੰ ਪਤਾ ਸੀ ਟਕਸਾਲੀਆਂ ਨੂੰ ਇਹਨਾਂ ਦਾ ਖਰਚਾ ਇੱਦਾਂ ਚੱਲਣਾ ਨਹੀਂ ਸੰਗਤ ਨੇ ਰੌਲਾ ਪਈ ਜਾਣਾ ਲਗਾਤਾਰ ਅੱਜ ਵੀ ਇੱਕ ਵੀਰ ਫੇਸਬੁੱਕ 'ਤੇ ਪੁੱਛਣ ਲੱਗ ਪਿਆ ਕਹਿੰਦਾ ਜੀ ਜੇ ਇੱਦਾਂ ਅਸੀਂ ਗੁਰਦੁਆਰੇ ਆਪਣੇ ਬੰਦ ਕਰਦੇ ਰਹੇ ਉਹਨਾਂ ਦਾ ਮੂੰਹ ਪੈ ਜਾਊਗਾ ਭਰਾਵੋ ਜਦੋਂ ਫੇਸਬੁੱਕ 'ਤੇ ਕੋਈ ਅਸੀਂ ਲਿਖਦੇ ਹੁੰਦੇ ਕਿੰਨੀ ਵਾਰ ਅਸੀਂ ਕਿਹਾ ਉੱਥੇ ਇੱਦਾਂ ਦੀ ਸਟੇਟਮੈਂਟ ਨਾ ਦਿਆ ਕਰੋ ਜਿਹੜਾ ਖਤਰਾ ਮੁੱਲ ਲੈਣ ਦੀ ਗੱਲ ਆ ਨਾ ਉਹ ਆਪ ਲੈਣਾ ਹੁੰਦਾ ਦੂਜੇ ਬੰਦੇ ਨੂੰ ਕਦੇ ਵੀ ਇੱਦਾਂ ਨਹੀਂ ਕਹੀਦਾ ਹੁੰਦਾ ਕੋਮਨ ਸੈਂਸ ਜਿਹੜੀ ਆ ਉਹ ਆਗਿਆ ਨਹੀਂ ਦਿੰਦੀ ਇਸ ਗੱਲ ਦੀ ਦੂਜੇ ਨੂੰ ਸ਼ਾਬਾਸ਼ ਦੇਣੀ ਹੁੰਦੀ ਆ ਹੱਲਾਸ਼ੇਰੀ ਦੇਣੀ ਹੁੰਦੀ ਆ ਵੀ ਠੀਕ ਆ ਬਹੁਤ ਵਧੀਆ ਜਦੋਂ ਸਾਡੇ 'ਤੇ ਆਵੇ ਫਿਰ ਅਸੀਂ ਕਹੀਏ ਵੀ ਨਹੀਂ ਮੈਂ ਇੱਦਾਂ ਨਹੀਂ ਮੈਂ ਬੰਦ ਕਰਦਾ ਠੀਕ ਹੈ ਔਰ ਸਾਨੂੰ ਔਕਾਤ ਵੱਡੀ ਕਰਨੀ ਪੈਣੀ ਆਪਣੀ ਉੱਚੇ ਹੋਣਾ ਪੈਣਾ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਦੀ ਗੱਲ ਹੋਈ ਸੀ ਨਾ ਉਦੋਂ ਇੰਦਰ ਸਿੰਘ ਕਾਨਪੁਰੀ ਵੀ ਕਹੀ ਜਾਂਦਾ ਸੀ ਵੀ ਮੈਨੂੰ ਸੱਦ ਕੇ ਦੇਖਣ ਉਹ ਤੈਨੂੰ ਕਾਹਦੇ ਲਈ ਸੱਦਣਾ ਵੀ ਤੈਨੂੰ ਕਾਹਦੇ ਲਈ ਛਿੱਕਣਾ ਵੀ ਉਹਦੀ ਔਕਾਤ ਮੰਨਦੇ ਸੀ ਹੈਸੀਅਤ ਮੰਨਦੇ ਸੀ ਉਹਦੀ ਤਾਂ ਉਹਨੂੰ ਛਿੱਕਿਆ ਸੀ ਉਹਨੇ ਇਸ ਕਰਕੇ ਹਰਿੰਦਰ ਦੀ ਹੈਸੀਅਤ ਮੰਨਦੇ ਆ ਉਹਦੇ 'ਤੇ ਦਬਾਅ ਪਾਉਣਾ ਚਾਹੁੰਦੇ ਉਹਨਾਂ ਨੂੰ ਲੱਗਦਾ ਹੈ ਵੀ ਢੱਡਰੀ ਵਾਲੇ ਦੇ ਬਹੁਤ ਨੇੜੇ ਆ ਜੇ ਇਹਨੂੰ ਮਨਾ ਲਵਾਂਗੇ ਇਹ 'ਤੇ ਦਬਾਅ ਪਾ ਲਵਾਂਗੇ ਤਾਂ ਕਿੰਨੇ ਟੁੱਟ ਜਾਣੇ ਆ ਇਸ ਕਰਕੇ ਮਸਲਾ ਉੱਥੇ ਇਹ ਨਹੀਂ ਇੱਦਾਂ ਜਿੱਦ ਕਰਕੇ ਜਦੋਂ ਸਵਾਰਥ ਦੇ ਲਈ ਜਿਹਦੀ ਜਿਹੜੀ ਲੜਾਈ ਆ ਨਾ ਕਿਉਂਕਿ ਜੇ ਹਰਿੰਦਰ ਸਿੰਘ ਇਸ ਗੱਲ ਦੇ ਉੱਤੇ ਅੜ ਜਾਂਦੇ ਸੰਗਤ ਨੂੰ ਕਹਿੰਦੇ ਵੀ ਤੁਸੀਂ ਆਓ ਸਾਰੇ ਜਣੇ ਇੱਥੇ ਪਹਿਰਾ ਦਿਓ ਵੀ ਗੁਰਦੁਆਰਾ ਬੰਦ ਨਹੀਂ ਹੋਣਾ ਚਾਹੀਦਾ ਸੰਗਤ ਨੂੰ ਵੱਧੋ ਵੱਧ ਲੈ ਕੇ ਆਓ ਅਤੇ ਹਰੇਕ ਨੂੰ ਲੱਗਣਾ ਸੀ ਵੀ ਉਹ ਸਵਾਰਥ ਲਈ ਲੜਾਈ ਲੜ ਰਿਹਾ ਹੈ ਕਿਉਂਕਿ ਉਹਦੇ ਉੱਤੇ ਬਣਾਉਣ 'ਤੇ ਪੈਸਾ ਜ਼ਿਆਦਾ ਉਹਦਾ ਆਪਣਾ ਲੱਗਾ ਸੀ ਅਤੇ ਹੁਣ ਜਦੋਂ ਉਹਨੂੰ ਕਹਿ ਦਿੱਤਾ ਵੀ ਅਸੀਂ ਬੰਦ ਕਰ ਦੇਣਾ ਇਹਨੂੰ ਅਤੇ ਸਾਰਿਆਂ ਨੂੰ ਇਹ ਲੱਗਾ ਵੀ ਯਾਰ ਆਪਣੀ 12-15-20 ਸਾਲ ਦੀ ਕਮਾਈ ਬੰਦੇ ਨੇ ਇੱਦਾਂ ਠੋਕਰ ਨਾਲ ਮਾਰ ਕੇ ਚੱਕ ਕੇ ਪਰੇ ਸ਼ਾਬਾਸ਼ ਸ਼ੇਰਾ
ਨੁਕਤੇ ਨੂੰ ਸਮਝੀਦਾ ਹੁੰਦਾ ਨੁਕਤਾ ਕੀ ਆ। ਜਿਹੜਾ ਸਤਿਕਾਰ ਸਾਡੇ ਦਿਮਾਗ ਦੇ ਅੰਦਰ ਸਾਡੀ ਸੋਚ ਦੇ ਅੰਦਰ ਗੁਰੂ ਸਾਹਿਬ ਦਾ ਆ, ਇਸੇ ਕਰਕੇ ਆ ਵੀ ਕਰਤਾਰਪੁਰ ਦੀ ਗੱਲ ਆਈ ਆ, ਖਡੂਰ ਦੀ ਆਈ ਆ, ਅੰਮ੍ਰਿਤਸਰ ਦੀ ਆਈ ਆ, ਅਨੰਦਪੁਰ ਦੀ ਆਈ ਆ, ਇੱਦਾਂ ਛਿੱਤਰ ਦੀ ਨੋਕ ਨਾ ਨਕਾਰ ਕੇ ਜਾਂਦੇ ਰਹੇ ਆ। ਬਸ ਈਨ ਨਹੀਂ ਮੰਨਣੀ, ਜਿਹੜਾ ਵਿਰੋਧੀ ਦਾ ਇਰਾਦਾ ਆ ਨਾ ਇਰਾਦੇ 'ਚ ਅਸਫਲ ਕਰਨਾ ਉਹਨੂੰ, ਅਤੇ ਉਹ ਤੁਹਾਨੂੰ ਜਦੋਂ ਉਹਨਾਂ ਦਾ ਰਿਐਕਸ਼ਨ ਆ ਜਿਹੜਾ ਜਿਹੜਾ ਪ੍ਰਤੀਕਰਮ ਆ ਟਕਸਾਲੀਆਂ ਦਾ ਉਹ ਤੋਂ ਪਤਾ ਲੱਗਣਾ। ਆਪਾਂ ਸੁਣਦੇ ਹਾਂ ਜਿੰਦ ਬਟਾਲੀ ਨੂੰ, ਅਤੇ ਨਾਲ ਦੀ ਨਾਲ ਜਿਹੜੀ ਕੋਈ ਟਿੱਪਣੀ ਹੋਈ ਉਹ ਕਰ ਦਿੰਦੇ ਆਪਾਂ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕਿੱਦਾਂ ਸਾਰੇ, ਠੀਕ ਠਾਕ ਹੋ? ਚੜ੍ਹਦੀ ਕਲਾ ਤੋ ਆ ਜਾਓ, ਕਰਦੇ ਹਾਂ ਗੱਲਬਾਤ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਜਿਹੜੇ ਨਾਸਤਿਕ ਵਿਰਤੀ ਦੇ ਪ੍ਰਚਾਰਕ ਹੈ, ਜਿਹੜੇ ਸਿੱਖ ਪੰਥ ਦੇ ਵਿੱਚ ਜਿੰਨੀ ਦੁਬਿਧਾ ਪਾਈ ਇਹਨਾਂ ਨੇ, ਮੈਂ ਕਹਿੰਦਾ ਕਿਸੇ ਨੇ ਨਹੀਂ ਪਾਈ ਹੋਣੀ ਅੱਜ ਤੱਕ, ਅਤੇ ਇਹਨਾਂ ਦਾ ਜੋ ਕੂੜ ਪ੍ਰਚਾਰ ਹੈ ਉਸਦਾ ਆਪਾਂ ਖੰਡਨ ਕਰਦੇ ਆ ਰਹੇ, ਅਤੇ ਇਹਨਾਂ ਨੂੰ ਜਵਾਬ ਦਿੰਦੇ। ਚਲੋ ਬੋਲਦੇ ਤਾਂ ਢਿੱਲੇ ਢਿੱਲੇ ਜਿੱਦਾਂ ਹੈਗੇ ਹੀ ਆ ਉਹ, ਕਿਉਂਕਿ ਉਹਨਾਂ ਨੂੰ ਅਸਲ ਦੇ ਵਿੱਚ ਪਤਾ ਨਹੀਂ ਹੈਗਾ, ਹੈਸੀਅਤ ਨਹੀਂ ਹੈਗੀ ਉਨੀ। ਅਤੇ ਸਾਨੂੰ ਕਈ ਵੀਰ ਕਹਿ ਦਿੰਦੇ ਆ, ਕਹਿੰਦੇ ਯਾਰ ਇਹਨਾਂ ਨੂੰ ਅਕਲ ਤਾਂ ਹੈ ਨਹੀਂ, ਇਹਨਾਂ ਦੀਆਂ ਗੱਲਾਂ ਕਾਹਤੇ ਕਰਦੇ ਆ। ਭਾਈ ਗੱਲ ਸੁਣੋ, ਉਹ ਟਕਸਾਲ ਦੇ ਬੁਲਾਰੇ ਆ, ਤੁਸੀਂ ਸਰਚਾਂਦ ਨੂੰ ਸੁਣ ਲਿਓ, ਉਹ ਵੀ ਇੱਦਾਂ ਦੀ ਗੱਲ ਕਰਦਾ ਹੈ। ਤੁਸੀਂ ਉਹਨਾਂ ਨੂੰ ਕਹੋ ਵੀ ਗੁਰਬਚਨ ਸਿੰਘ ਭਿੰਡਰਾਲੇ ਨੂੰ ਮੁੜ ਕੇ ਲਾਇਆ, ਉਹਦੀਆਂ ਵੀ ਗੱਲਾਂ ਇੱਦਾਂ ਦੀਆਂ ਹੀ ਸੀ, ਤੂੰ ਮੈਨੂੰ ਬਿਠਾ ਦਿਓ ਜਵਾਬ ਦੇਣ, ਅਜਨਾਲੇ ਨੂੰ ਬਿਠਾ ਦਿਓ ਜਵਾਬ ਦੇਣ, ਇੱਦਾਂ ਦੀਆਂ ਆਈਆਂ। ਜਿਹੜੇ ਸਿਆਣੇ ਆ, ਜਿਹਨਾਂ ਨੂੰ ਤੁਸੀਂ ਪੜ੍ਹੇ ਲਿਖੇ ਕਹਿੰਦੇ, ਉੱਦਾਂ ਪਾਟ ਰਹੇ ਆ ਉਹ। ਇਹ ਬੰਦੇ ਇੱਦਾਂ ਵੀ ਥੋੜ੍ਹੀ ਬਹੁਤੀ ਗੜਸ ਰੱਖਦੇ ਆ, ਹਿੰਮਤ ਰੱਖਦੇ ਆ, ਇੱਦਾਂ ਖੜਕੇ ਖੜ੍ਹਨੇ ਵਾਲੇ ਆ, ਗੱਲ ਕਹਿਣੇ ਵਾਲੇ ਆ, ਇੱਦਾਂ। ਠੀਕ ਆ, ਇਹ ਤਾਂ ਮੂਹਰੇ ਹੋ ਕੇ ਔਰ ਕਾਲ ਪਈ ਆ, ਸ਼ੋਰਟਕੱਟ ਮਾਰ ਕੇ ਛੇਤੀ ਮਸ਼ਹੂਰ ਹੋਣਾ ਚਾਹੁੰਦੇ ਆ। ਇਹਨਾਂ ਨੂੰ ਇਹ ਆਪਣੇ ਆਪ ਦੇ ਵਿੱਚ ਇੰਨੀ ਸਮਝ ਨਹੀਂ ਹੈਗੀ ਵੀ ਇਹਨਾਂ ਦੀਆਂ ਸਟੇਟਮੈਂਟਾਂ ਟਕਸਾਲ ਨੂੰ ਕਿੰਨੀਆਂ ਮਹਿੰਗੀਆਂ ਪੈਣੀਆਂ, ਰਿਕਾਰਡ ਦੇ ਉੱਤੇ ਪਈਆਂ ਹੈ। ਠੀਕ ਆ, ਅਸੀਂ ਇੱਥੋਂ ਆਪਣੇ ਪਲੇਟਫਾਰਮ ਦੇ ਰਾਹੀਂ ਲੋਕਾਂ ਦੇ ਦਿਮਾਗ ਵਿੱਚ ਇੱਕ ਗੱਲ ਪਾਉਣੀ ਚਾਹੁੰਦੇ ਹਾਂ ਵੀ ਜਿਹਨੂੰ ਪੰਥ ਕਹਿੰਦੇ ਆ ਨਾ, ਜਿਹਨੂੰ ਕੌਮ ਕਹਿੰਦੇ ਆ, ਇਹ ਦੁਕਾਨ ਆ ਇਹਨਾਂ ਦੀ, ਇਹ ਦੱਸਣ ਇਹ ਪੰਥ ਕਿਹਨੇ ਚਲਾਇਆ ਆ। ਟਕਸਾਲ ਦੱਸੇ ਵੀ ਜਿਹਨੂੰ ਅਕਾਲ ਤਖ਼ਤ ਦਾ ਜਥੇਦਾਰ ਅਤੇ ਸਾਰਾ ਕੁਛ ਕਹਿੰਦੇ ਆ, ਕਿੱਥੋਂ ਕਿਹੜੇ ਗੁਰੂ ਸਾਹਿਬ ਤੋਂ ਚੱਲਿਆ ਹੈ। ਅਤੇ ਇਹ ਉਹਦਾ ਜਵਾਬ ਦੇਣ ਦੀ ਬਜਾਏ ਉਲਟਾ ਇਹ ਕਹੀ ਜਾਂਦੇ ਆ ਵੀ ਪੰਥ ਨੂੰ ਦਫੇੜ ਕਰ ਰਹੇ ਆ, ਕੌਮ ਨੂੰ ਦਫੇੜ ਕਰ ਰਹੇ ਆ, ਇਹ ਨਾਸਤਕ ਕਿਸਮ ਦੇ ਲੋਕਾਂ 'ਚ ਦੁਬਿਧਾ ਪਾ ਦਿੱਤੀ। ਦੁਬਿਧਾ ਦੇ ਅਰਥ ਹੀ ਇਹ ਆ ਵੀ ਇਹਨਾਂ ਦੀ ਦੁਕਾਨ ਚੱਲਦੀ ਸੀ, ਇਹਨਾਂ ਦੀ ਗੁੰਡਾਗਰਦੀ ਚੱਲਦੀ ਸੀ, ਜਿਹੜੀ ਗੱਲ ਕਹਿੰਦੇ ਸੀ ਲੋਕ ਉੱਦਾਂ ਹੀ ਮੰਨਦੇ ਸੀ, ਹੁਣ ਕਿਸੇ ਨੇ ਸਵਾਲ ਖੜ੍ਹਾ ਕਰ ਦਿੱਤਾ, ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਹੋਰ ਆਉਣੀ ਸ਼ੁਰੂ ਹੋ ਗਈ, ਉਹਨੂੰ ਇਹ ਦੁਬਿਧਾ ਕਹਿੰਦੇ ਆ। ਇਹ ਕਹਿੰਦੇ ਸਿਰਫ ਵਨ ਵੇ ਸਟਰੀਟ ਹੋਵੇ, ਜਿਹੜੀ ਇਹਨੀ ਗੱਲ ਕਹਿ ਦਿੱਤੀ ਆ ਉਹ ਉਹ ਲੋਕ ਉੱਦਾਂ ਮੰਨਦੇ ਰਹਿਣ, ਚੁੱਪ ਕਰਕੇ ਸਿਰ ਸੱਟ ਕੇ ਪਜਾਲੀ ਦੇ ਥੱਲੇ ਸਿਰ ਦੇ ਲੈਣ ਜਿੱਦਾਂ ਇਹ ਚਾਹੁੰਦੇ ਆ। ਜੇ ਕੋਈ ਸਵਾਲ ਕਰਦਾ ਉਹਦੇ ਉੱਤੇ ਕਹਿੰਦੇ ਦੁਬਿਧਾ ਪਾ ਦਿੱਤੀ ਆ। ਸਾਰੇ ਅਰਥ ਇਹਨਾਂ ਦੇ ਜਿੰਨੀਆਂ ਸਟੇਟਮੈਂਟਾਂ ਦਿੰਦੇ ਆ ਇਹਨਾਂ ਦੀਆਂ ਮਨੌਤਾਂ ਦੇ ਸੰਬੰਧ ਵਿੱਚ ਆ। ਹਾਂਜੀ, ਲੇਕਿਨ ਇਹਨਾਂ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਹੈਗਾ, ਲੇਕਿਨ ਆਪਾਂ ਇਹਨਾਂ ਦਾ ਜੋ ਕੂੜ ਪ੍ਰਚਾਰ ਉਹਦਾ ਖੰਡਨ ਕਰਦੇ ਹਾਂ। ਸੋ ਸਾਰੇ ਵੀਰ ਸ਼ੇਅਰ ਕਰੀ ਜਾਵੇ, ਗਰੁੱਪਾਂ 'ਚ ਵੀ ਸ਼ੇਅਰ ਕਰ ਦਿਓ ਵੀਡੀਓ ਨੂੰ। ਪਿਛਲੇ ਕੁਝ ਸਮੇਂ ਤੋਂ ਤੁਹਾਨੂੰ ਪਤਾ ਹੀ ਕਿ ਹਰਿੰਦਰ ਸਿੰਘ ਜੋ ਨਿਰਵੈਰ ਖਾਲਸਾ ਜਥਾ UK ਵਾਲਾ, ਉਹਨੂੰ ਬੈਨ ਕੀਤਾ ਗਿਆ ਇੰਗਲੈਂਡ ਦੀ ਸੰਗਤ ਵੱਲੋਂ, ਅਤੇ ਜੋ ਉਹਦਾ ਪਰਸਨਲੀ ਗੁਰਦੁਆਰਾ ਸੀ ਉੱਥੋਂ ਵੀ ਪੁਲਿਸ ਨੇ ਉਹਨੂੰ ਉਹਦੀ ਰੋਕ ਲਾ ਦਿੱਤੀ ਹੈ। ਠੀਕ ਹੈ ਜੀ, ਪਹਿਲਾਂ ਤਾਂ ਮੈਂ ਜਾਣੀ ਨਾ ਤਾਂ ਇਹ ਸੰਗਦੇ ਆ ਆਪਣੀ ਬੇਇੱਜ਼ਤੀ ਹੋਈ, ਅਤੇ ਨਾ ਇਹਨਾਂ ਨੂੰ ਸੰਗ ਲੱਗਦੀ ਆ ਗਲਤ ਸਟੇਟਮੈਂਟ ਦਿੰਦੇ ਹਨ। ਜਿਹੜਾ ਜਦੋਂ ਨਾ ਸ਼ੋਰਟ ਟਰਮ ਦਾ ਫਾਇਦਾ ਦੇਖਦੇ ਆ ਉਸ ਵੇਲੇ ਇਹ ਇੱਦਾਂ ਬੁਖਲਾ ਜਾਂਦੇ। ਹੁਣ ਇਹਨਾਂ ਨੂੰ ਇਹ ਹੋ ਗਿਆ ਵੀ ਦੇਖੋ ਜੀ ਸਾਡਾ ਡਰ ਚੱਲ ਗਿਆ, ਸਾਡਾ ਦਹਿਲ ਚੱਲ ਗਿਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਦਹਿਲ ਕਿਸੇ ਵੇਲੇ ਸੂਬਾ ਸਰਹੰਦ ਨੇ 10ਵੇਂ ਪਾਤਸ਼ਾਹ ਦੇ ਵੀ ਪਾਇਆ ਸੀ, ਜਦੋਂ ਕਹਿੰਦਾ ਸੀ ਛੁਡਾ ਲਿਆ ਅਨੰਦਪੁਰ ਕਿ ਨਹੀਂ, ਉੱਥੋਂ ਬੰਦਾ ਸਿੰਘ ਬਹਾਦਰ ਨਿਕਲਿਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਨਾਲ ਲੋਕਾਂ ਦੇ ਮਨ 'ਚ ਰੋਹ ਕਿੰਨਾ ਆਉਣਾ,
ਜਿਹੜੀ ਤੁਹਾਡੀ 200-250 ਸਾਲ ਦੀ ਬਣੀ ਹੋਈ ਸਲਤਨਤ ਆ ਉਹਦੀਆਂ ਜੜ੍ਹਾਂ ਦੇ ਵਿੱਚ ਹੁਣ ਤੇਲ ਦੇ ਹੋਣ ਲੱਗਾ ਜਾਣੀ। ਕਿਉਂਕਿ ਹਰਿੰਦਰ ਸਿੰਘ ਵਰਗਿਆਂ ਦਾ ਵਸਦੇ ਰਹਿਣਾ, ਭਾਈ ਰਣਜੀਤ ਸਿੰਘ ਵਰਗਿਆਂ ਦਾ ਸਫਲਤਾ ਨਾਲ ਆਪਣੇ ਕੰਮ ਕਰਦੇ ਰਹਿਣਾ ਟਕਸਾਲ ਦੇ ਭਵਿੱਖ ਦੇ ਲਈ ਬਹੁਤ ਸੁਨਹਿਰਾ ਆ, ਲੌਂਗ ਟਰਮ ਦੇ ਲਈ ਜਿਹੜੇ ਇਹ ਡੇਰੇ ਆ ਉਹਨਾਂ ਲਈ ਬਹੁਤ ਚੰਗੀ ਗੱਲ ਆ। ਕਿਉਂਕਿ ਜਿਹੜਾ ਬੰਦਾ ਆਪਣਾ ਪ੍ਰਚਾਰ ਕਰਦਾ ਕਰਦਾ ਇਹ ਗੱਲਾਂ ਕਹਿ ਸਕਦਾ, ਜਿੱਦਣ ਤੁਸੀਂ ਉਹਨੂੰ ਰੋਕੋਗੇ ਫਿਰ ਕੀ ਕਰੂਗਾ ਉਹਦਾ ਅੰਦਾਜ਼ਾ ਨਹੀਂ ਤੁਹਾਨੂੰ। ਹਰਿੰਦਰ ਸਿੰਘ ਵਰਗਾ ਬੰਦਾ ਕਦੇ ਨਹੀਂ ਸੀ ਇੱਦਾਂ ਬੋਲ ਸਕਦਾ, ਅਸੀਂ ਅੰਦਾਜ਼ਾ 10% ਵੀ ਅੰਦਾਜ਼ਾ ਨਹੀਂ ਸੀ ਲਾਇਆ ਵੀ ਇੱਦਾਂ ਦਾ ਫੈਸਲਾ ਲੈ ਲਊ। ਤੁਸੀਂ ਛੇੜ ਛੇੜ ਕੇ ਉਹਨੂੰ ਠੀਕ ਹੈ ਕਿੱਦਾਂ ਕਿੱਦਾਂ ਚਟਾਨ ਵਾਂਗ ਖੜਾ ਕਰ ਦਿੱਤਾ। ਤੁਹਾਨੂੰ ਸ਼ਾਇਦ ਟਕਸਾਲੀਆਂ ਨੂੰ ਸ਼ਾਇਦ ਲੱਗਦਾ ਹੋਵੇ ਵੀ ਤੁਸੀਂ ਡਰਾ ਲਿਆ ਉਹਨੂੰ, ਗੁਰਦੁਆਰਾ ਬੰਦ, ਗੁਰਦੁਆਰਾ ਨਹੀਂ ਬੰਦ ਹੋਇਆ, ਉਹ ਤਾਂ ਘਰ ਘਰ 'ਚ ਗੁਰਦੁਆਰੇ ਬਣਨੇ ਆ ਆਉਣ ਵਾਲੇ 5-7 ਸਾਲਾਂ 'ਚ। ਖਰਿਆ ਇੰਗਲੈਂਡ ਦੇ ਵਿੱਚ 10 ਇੱਦਾਂ ਦੇ ਗੁਰਦੁਆਰੇ ਖੜ੍ਹੇ ਹੋ ਜਾਣੇ ਆ, ਸੰਭਲ ਕੇ ਰਹੋ। ਇਹਦੀ ਕੀਮਤ ਤਾਰਨੀ ਪੈਣੀ ਆ। ਔਰ ਤੁਸੀਂ ਕਹਿੰਦੇ ਆ ਵੀ ਪੁਲਿਸ ਨੇ ਬੈਨ ਕਰ ਦਿੱਤਾ ਉਹਨੂੰ ਉੱਥੇ, ਨਹੀਂ ਭਾਈ ਇੱਦਾਂ ਨਹੀਂ ਹੋਇਆ। ਠੀਕ ਆ, ਅਸਲੀਅਤ ਇਹ ਆ ਜਿਹੜੀ ਪਤਾ ਹੈ ਸਰੋਤਿਆਂ ਨੂੰ, ਉਹਨਾਂ ਦੇ ਗੁਰਦੁਆਰੇ ਦਾ ਖਰਚਾ ਜ਼ਿਆਦਾ ਸੀ, ਕੰਮ ਨਹੀਂ ਥੋੜ੍ਹਾ ਜਿਹਾ ਵੱਡਾ ਸਟਾਰਟ ਕਰ ਲਿਆ ਸੀ। ਅੱਗੇ ਤੋਂ ਆਪਾਂ ਵੀ ਕੋਸ਼ਿਸ਼ ਕਰਾਂਗੇ, ਸਾਰਿਆਂ ਜਣਿਆਂ ਨੂੰ ਬੇਨਤੀ ਆ ਵੀ ਜਦੋਂ ਇੱਦਾਂ ਕੋਈ ਸੰਸਥਾ ਕਰਨੀ ਆ ਨਾ, ਸਟਾਰਟਿੰਗ ਦੇ ਵਿੱਚ ਤੁਸੀਂ ਕੀ ਕਰ ਸਕਦੇ ਆ, ਗਰੁੱਪ ਬਣਾਓ, ਆਪਣਾ ਮੈਂਬਰ ਬਣਾ ਲਓ, ਕਿਤੇ ਹਫ਼ਤੇ 'ਚ ਇੱਕ ਵਾਰੀ, 2 ਹਫ਼ਤਿਆਂ 'ਚ ਇੱਕ ਵਾਰੀ, ਮਹੀਨੇ 'ਚ ਇੱਕ ਵਾਰੀ, ਜਿੱਦਾਂ ਵੀ ਤੁਸੀਂ ਬਹਿਣਾ ਆ ਉਹਦੇ ਲਈ ਪਲੈਨ ਬਣਾ ਕੇ ਕੋਈ ਜਗ੍ਹਾ ਕਿਰਾਏ 'ਤੇ ਲਓ, ਸਾਲ 2 ਸਾਲ ਇਸ ਤਰੀਕੇ ਨਾਲ ਕੰਮ ਕਰੋ ਵੀ ਹਫ਼ਤੇ 'ਚ ਇੱਕ ਵਾਰੀ 3 ਘੰਟੇ ਲਈ ਐਤਵਾਰ ਨੂੰ ਜਾਂ ਸ਼ਨੀਵਾਰ ਨੂੰ ਕੋਈ ਕੌਂਸਲ ਦਾ ਹਾਲ ਆ, ਕੋਈ ਜਗ੍ਹਾ ਆ, ਉਹ ਕਿਰਾਏ 'ਤੇ ਲਓ। ਮੰਨ ਲਓ $100 ਘੰਟੇ ਦਾ ਆਇਆ, $200 ਘੰਟੇ ਦਾ ਆਇਆ, ਜੇ $300 ਘੰਟੇ ਦਾ ਵੀ ਹੋਵੇ ਤਾਂ $1,000 ਲੱਗਾ, ਜੇ ਇੰਨਾ ਮਹਿੰਗਾ ਮਿਲਣਾ ਨਹੀਂ ਜਾਣੀ, $300-$400 ਨੂੰ ਤਾਂ ਪਾਰਟੀ ਹਾਲ ਮਿਲ ਜਾਂਦੇ ਜਿਹੜੇ ਵਧੀਆ ਵਧੀਆ ਆ। ਕੌਂਸਲ ਦੇ ਹਾਲ ਤਾਂ ਇੱਥੇ ਸਾਡੇ ਤਾਂ ਇੱਥੇ $12-15-$20 ਨੂੰ, $50 ਤਾਂ ਹੀ ਘੰਟੇ, ਜਿਹੜੇ ਛੋਟੇ ਮੋਟੇ ਕਮਿਊਨਿਟੀ ਦੇ ਹਾਲ ਆ, ਸਕੂਲਾਂ ਦੇ ਵਿੱਚ ਹਾਲ ਮਿਲ ਜਾਂਦੇ ਆ $50-$50 ਨੂੰ, $100-$100 ਨੂੰ ਘੰਟੇ ਦੇ, ਠੀਕ ਹੈ, ਜਿਹਦੇ ਵਿੱਚ ਸਿਰਫ ਬਹਿਣ ਦੀ ਗੱਲ ਹੋਵੇ ਜਾਣੀ। ਨਹੀਂ ਜ਼ਿਆਦਾ ਮਹਿੰਗਾ ਹੁੰਦਾ, ਤੁਸੀਂ ਘਰ ਦੀ ਗਰਾਜ ਦੇ ਵਿੱਚ 50-60 ਜਣੇ ਬੈਠ ਸਕਦੇ ਆ, ਕਿਤੇ ਕੋਈ ਸੋਹਣਾ ਟੈਂਟ ਲੈ ਸਕਦੇ, ਉਹਦੇ ਉੱਤੇ ਖਰਚਾ ਇੱਕ ਵਾਰੀ 2-3 ਹਜ਼ਾਰ ਦਾ ਖਰਚਾ ਕਰ ਰਿਹਾ, ਜਿਹਦੇ ਵਿੱਚ 200 ਬੰਦਾ ਬਹਿਣ ਦੀ, $10-$10-$12-$12 ਦੀ ਕੁਰਸੀ ਹੁੰਦੀ ਆ, ਕੁਰਸੀਆਂ ਦੇ ਉੱਤੇ ਬੈਠ ਕੇ ਆਪਣੀ ਮੀਟਿੰਗ ਕਰਨੀ ਸ਼ੁਰੂ ਕਰ ਲਓ, ਸਾਲ 6 ਮਹੀਨੇ ਹੌਲੀ 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 ਹੌਲੀ, ਠੀਕ ਹੈ। ਉਹਦਾ ਬਹੁਤ ਸਾਰੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਇੱਦਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਆ, ਇੱਦਾਂ ਦੀਆਂ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਲੈਸਨ ਦਿੰਦੀਆਂ ਤੁਹਾਨੂੰ ਅੱਗੇ ਲਈ। ਜਿਹੜਾ ਇਹਨਾਂ ਦਾ ਪੰਥ ਆ, ਜਿਹੜੀ ਇਹਨਾਂ ਦੀ ਕੌਮ ਆ, ਜਿਹੜੀ ਇਹਨਾਂ ਦੀ ਸਲਤਨਤ ਆ, ਉਹਦੇ ਵਿਰੁੱਧ ਜਦੋਂ ਕੁਛ ਖੜਾ ਹੋਣਾ ਆ ਇੱਦਾਂ ਹੀ ਹੋਣਾ ਸੀ। ਉਹ ਕਿਸੇ ਨਾ ਕਿਸੇ ਨੂੰ ਉਹ ਜਲਵਾ, ਜਿੱਦਣ ਭਾਈ ਰਣਜੀਤ ਸਿੰਘ ਨੇ ਸਟੇਟਮੈਂਟ ਦਿੱਤੀ ਸੀ ਨਾ, ਕਹਿੰਦੇ ਜੇ ਆਇਆ ਸਮਾਂ ਨਾ ਵੀ ਮੈਂ ਛੱਡ ਦਊਂ ਪਰਮੇਸ਼ਰ ਦੁਆਰ, ਕਰਨਾ ਪੈਣਾ ਸੀ। ਉਹ ਕਿਸੇ ਸੂਬੇ ਸਰਹੰਦ ਨੂੰ ਸਰਹੰਦ ਦੀ ਇੱਟ ਨਾ ਇੱਟ ਖੜਕਾਉਣ ਲਈ ਤੁਹਾਨੂੰ ਆਨੰਦਪੁਰ ਛੱਡਣੇ ਪੈਣੇ ਆ, ਨਹੀਂ ਤਾਂ ਕਰਤਾਰਪੁਰ ਨਾ ਛੁੱਟੇ ਤਾਂ ਖਡੂਰ ਨਹੀਂ ਵਸਦੇ, ਫਿਰ ਅੰਗਦ ਕਿੱਥੇ ਬਣਦੇ ਆ। ਕਿਹਨੇ ਜਹਾਂਗੀਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਨੇ ਦੇਖਣਾ ਸੀ ਜੇ ਭਾਈ ਲੈਣਾ ਜੀ ਸ਼੍ਰੀ ਚੰਦਰਾ ਬਹਿ ਕੇ ਸਮਝੌਤਾ ਕਰ ਲੈਂਦੇ, ਇੱਦਾਂ ਨਿਕਲਦੇ ਆ। ਇਸ ਕਰਕੇ ਉਹਨਾਂ ਤੋਂ ਟਕਸਾਲੀਆਂ ਨੂੰ ਜਿੰਨੀ ਅਕਲ ਹੈਗੀ ਆ ਉਹਨੇ ਉਹਦੇ ਹਿਸਾਬ ਨਾਲ ਸਟੇਟਮੈਂਟ ਦੇਣੀ ਆ, ਠੀਕ ਆ। ਉਹਨਾਂ ਨੂੰ ਵੀ ਬੇਨਤੀ ਆ, ਜਿੰਦ ਬਡਾਲੀ ਵਰਗਿਆਂ ਨੂੰ ਤਾਂ ਚਲੋ ਨਹੀਂ ਪਤਾ ਹੈਗਾ, ਜਿਹੜੇ ਸਿਆਣੇ ਆ, ਸਰਚਾਂਦ ਉਹ ਮੁੱਖ ਬੁਲਾਰਾ ਬਣਿਆ ਫਿਰਦਾ ਵਿਚਾਰਾ, ਗਰਜਦਾ ਮਾਰਿਆ ਆ, ਠੀਕ ਆ। ਉਹ ਜਾਣਦੇ ਜਿਹਨਾਂ ਨੂੰ ਪਤਾ ਹੈ, ਮਹਿਤੇ ਨੇ ਜਾ ਕੇ ਧੁੰਮੇ ਦੇ ਪੈਰਾਂ 'ਚ ਬਿਠਾ ਲਿਆ ਇਹਨੂੰ, ਕੇਸ ਕੂਸ ਪੈ ਗਿਆ ਸੀ ਇਹਦੇ ਉੱਤੇ, ਏਜੰਟ ਨੂੰ ਜਾ ਕੇ ਧਮਕਾਇਆ ਧਮਕਾਇਆ ਇਹਨੂੰ ਉੱਥੇ, ਠੀਕ ਆ। ਕਈ ਕੇਸ ਪੈ ਗਿਆ, ਉਹ ਮਹਿਤੇ ਨੂੰ ਜਾਣਦਾ ਸੀ, ਉਹਨੇ ਜਾ ਕੇ ਉੱਥੇ ਬਿਠਾ ਦਿੱਤਾ, ਉਹ ਆਪਣੀ ਵਫ਼ਾਦਾਰੀ ਨਿਭਾ ਰਿਹਾ ਵਿਚਾਰਾ, ਉਹਦੀ ਔਕਾਤ ਕਿੱਥੇ ਆ। ਔਰ ਆਪਣੀ ਸਮਝ ਦਾ ਜਨਾਜ਼ਾ, ਅਕਲ ਦਾ ਜਨਾਜ਼ਾ ਤਾਂ ਕੱਢ ਦਿੰਦੇ ਉਹ ਚੁਟਕੀਆਂ ਦੇ ਵਿੱਚ,
ਵੀ ਝੁੱਡੂਓ ਜਿੱਦਣ ਜਿੱਦਣ ਅਗਲਾ ਖੜ ਗਿਆ ਜੇ ਇੱਦਾਂ ਹੋਈ ਤੁਹਾਡੀ ਕੀ ਔਕਾਤ ਆ ਤੁਹਾਡੇ 'ਚੋਂ ਕਿਹੜੇ ਤੁਸੀਂ 30-40 ਬੁੱਢੇ ਠੇਰੇ ਇਕੱਠੇ ਕਰਕੇ ਇੱਦਾਂ ਜਾ ਕੇ ਤੁਸੀਂ ਕਹਿੰਦੇ ਵੀ ਅਸੀਂ ਬੰਦ ਕਰ ਦੇਣਾ ਅਸੀਂ ਬੋਲਣ ਨਹੀਂ ਦੇਣਾ ਅਸੀਂ ਸੋਧਾ ਲਾ ਤੁਹਾਡੇ ਪੇ ਦਾ ਰਾਜ ਆ ਸੋਧਾ ਲਾ ਦਿਓਗੇ ਤੁਸੀਂ ਜਾਣੀ ਠੀਕ ਆ ਉਹ ਤਾਂ ਗੇਮ ਖੇਡੀ ਗਈ ਤੁਹਾਡੇ ਨਾਲ ਤੁਹਾਨੂੰ ਪਤਾ ਲੱਗੂ ਤੁਹਾਡਾ ਬਣਨਾ ਕੀ ਹੈ ਮੂਹਰੇ ਦੇਖਿਓ ਇੰਗਲੈਂਡ ਦੇ ਵਿੱਚ ਬਣਦਾ ਕੀ ਆ ਹੁਣ ਇਹ ਕੱਫਣ ਬਣਨਾ ਤੁਹਾਡੇ ਲਈ ਉਹ ਜਿਹੜੀ ਉਹ ਸੰਸਥਾ ਤੁਹਾਨੂੰ ਅਕਲ ਹੁੰਦੀ ਨਾ ਜੇ ਟਕਸਾਲੀਆਂ ਨੂੰ ਅਕਲ ਹੁੰਦੀ ਤੁਸੀਂ ਇੰਨਾ ਕਰਦੇ ਕੋਸ਼ਿਸ਼ ਕਰਦੇ ਵੀ ਭਾਈ ਠੀਕ ਆ ਉੱਥੇ ਆਪਣਾ ਵਧਣ ਫੁੱਲਣੋ ਕਰਨ ਉਹ ਬਸ ਉੱਥੋਂ ਵੀ ਛੇੜ ਛੇੜ ਕੇ ਤੁਸੀਂ ਹੁਣ ਜਿਹੜੇ ਉਹ ਪਰਿਵਾਰ ਉਹਨਾਂ ਦੇ ਅੰਦਰ ਰੋਹ ਪਤਾ ਤੁਹਾਨੂੰ ਕਿੱਦਾਂ ਦਾ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਣਾ ਸਮਝ ਆ ਜਾਣੀ ਕਿਤੇ ਜਿੰਦ ਬਣਾ ਲਈ ਉਹਨਾਂ ਨੂੰ ਭਾਂਤ ਭਾਂਤ ਦੀ ਲੱਕੜ ਇਕੱਠੀ ਕਰਕੇ ਜੱਗ ਵਾਲੇ ਕਿਸੇ ਪਾਸੇ ਨੂੰ ਤੁਰੇ ਜੀਤਾ ਕਿਸੇ ਪਾਸੇ ਨੂੰ ਤੁਰਿਆ ਫਿਰਦਾ ਆ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਅੰਦਰ ਕੋਈ ਆਪਸ ਵਿੱਚ ਕਮਿਊਨੀਕੇਸ਼ਨ ਆ ਜਿਹੜੇ ਬੰਦੇ ਮਾਨੋ ਚਾਲ 'ਤੇ ਗੋਲੀਆਂ ਚਲਾਉਣ ਵਾਲੇ ਜਿਹੜੇ ਸੰਧ ਨੂੰ ਸਾਰੇ ਬੰਦੇ ਇਕੱਠ ਸਾਰਿਆਂ ਨੂੰ ਸ਼ਹੀਦ ਬਣਾ ਕੇ ਤੁਰੇ ਉਹ ਸਵਾਰਥ ਆ ਤੁਹਾਡਾ ਜਿੱਦਣ ਭਿੜ ਗਿਆ ਸਵਾਰਥ ਤੁਹਾਡੀ ਜਿੱਦਣ ਹਿੱਤ ਭਿੜ ਗਿਆ ਤੁਹਾਡੇ ਆਪਸ ਵਿੱਚ ਫਿਰ ਪਤਾ ਲੱਗਣਾ ਕੌਮ ਕਿਹਨੂੰ ਕਹਿੰਦੇ ਉਹ ਤਾਂ ਬਾਦਲ ਨੂੰ ਲੋੜ ਆ ਜੇ ਜਿੱਦਣ ਉਹ ਬਸ ਬਹੁਤਾ ਟਾਈਮ ਨਹੀਂ ਹੈਗਾ ਉਹਨੂੰ ਵੀ ਖਟਕ ਜਾਣੀ ਆ ਸੁਖਬੀਰ ਨੂੰ ਵੀ ਇੱਥੋਂ ਟਕਸਾਲ ਦੇ ਰਾਹੀਂ ਨੁਕਸਾਨ ਹੋ ਰਿਹਾ ਅਕਾਲੀ ਦਲ ਦਾ ਉਹਨਾਂ ਦੇ ਮੱਖਣ ਦੇ ਬਾਲਾਂ ਕੱਢ ਕੇ ਇੱਦਾਂ ਟਿਸ਼ੂਆਂ ਮਾਰਨੇ ਲਵੇੜ ਕੇ ਤੁਹਾਨੂੰ ਪੰਜਾਬ ਦੇ ਵਿੱਚ ਵੀ ਦੱਸਿਆ ਉਹ ਦਿਨ ਦੂਰ ਨਹੀਂ ਹੈਗਾ ਦੇਖ ਲਿਓ ਔਰ ਤੁਹਾਡੇ ਹੁੰਦਿਆਂ ਹੁੰਦਿਆਂ ਜਿਹੜੇ ਅੱਜ ਆ ਬੈਠੇ ਜਾਣੀ ਤੁਹਾਡੇ ਹੁੰਦਿਆਂ ਹੁੰਦਿਆਂ ਇਹ ਸੁਭਾਗਾ ਦੇ ਨਾ ਜਾਣਾ ਦੇਖ ਲਿਓ ਔਕਾਤ ਦੇ ਵਿੱਚ ਰਹੋ ਜਿੱਥੇ ਜ ਹੋ ਗਿਆ ਹੁਣ ਜਾ ਕੇ ਅਗਲੀਆਂ ਵੱਡੀਆਂ ਵੱਡੀਆਂ ਸਟੇਟਮੈਂਟਾਂ ਨਾ ਦਿਓ ਠੀਕ ਆ